ਵੀਰੋ ਸਭ ਨਾਲ ਪਹਿਲਾਂ ਦੱਸ ਦਈਏ ਤੁਹਾਨੂੰ ਆਪਾਂ ਸੱਬਲਾਂ ਦੇ ਡੰਗ ਜਮ੍ਹਾਂ ਵੀ ਹੈ ਨਹੀਂ ਸੀ ਕਿਉਂਕਿ ਨਵਾਂ 'ਚੋਂ ਚਾਰ ਸੱਬਲਾਂ ਦੇ ਡੰਗ ਤਾਂ ਹੈ ਹੀ ਨਹੀਂ ਸੀ ਕਿਉਂਕਿ ਸੁੱਕਾ ਬਾਣ ਵਾਇਆ ਸੀ, ਠੀਕ ਹੈ। ਇਸੇ ਕਰਕੇ ਟਰੈਕਟਰ ਦਾ ਕੰਟਰੋਲ ਥੋੜ੍ਹਾ ਥੱਲੇ ਕਰਨਾ ਪੈਂਦਾ ਸੀ, ਅਤੇ ਧੱਕੇ ਨਹੀਂ ਹਾਲੇ ਥੱਲੇ ਵਾੜੇ ਸੀ, ਠੀਕ ਹੈ। ਲੱਗ ਤੋਂ ਘੱਟ ਸੀ ਵੈਸੇ ਕਿਉਂਕਿ ਸੱਬਲਾਂ ਹੈ ਨਹੀਂ ਸੀ। ਵੀਰੋ ਜਿੱਥੇ ਜਾ ਕੇ ਟਰੈਕਟਰ ਮਰਦਾ ਨਾ, ਇੱਥੇ ਕੀ ਚੱਕਰ ਸੀ, ਜਦੋਂ ਪਹਿਲਾਂ ਰੱਪੜ ਭੰਨੀ ਸੀ ਆਪਾਂ ਤਾਂ ਉਦੋਂ ਪਿੱਛੇ ਸੱਬਰਾਂ ਵਾਲੇ ਨਾ ਇੱਥੇ ਫੁੱਲ ਲਾਏ ਸੀ ਆਪਾਂ, ਇੱਕ ਦੋ ਗੇੜੇ ਕੱਢੇ ਸੀਗੇ, ਠੀਕ ਹੈ। ਤਾਂ ਕੰਟਰੋਲ ਆਲਮੋਸਟ ਥੱਲੇ ਸੀ, ਤਾਂ ਇੱਥੇ ਲਿਫਟ ਕੰਟਰੋਲ ਨਹੀਂ ਕਰਦੇ ਸੀ, ਤਾਂ ਟਰੈਕਟਰ ਸਲਿੱਪ ਕਰਕੇ ਥੱਲੇ ਪੈਂਦਾ ਸੀ।